ਇਹ ਚੌਧਰੀ ਗਰੁੱਪ ਆਸਟ੍ਰੇਲੀਆ ਦੇ ਸਾਡੇ ਭਰਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੇਠੀ ਰੱਤੇਵਾਲ, ਅਜੇ ਕਟਵਾਰਾ, ਬਿੰਦੂ ਕਟਵਾਰਾ ਆਸਟ੍ਰੇਲੀਆ, ਅਤੇ ਉਹਨਾਂ ਦਾ ਸ਼ੇਖਰ ਅਤੇ ਪਿੰਕ ਆਸਟ੍ਰੇਲੀਆ ਸਾਡੇ ਚੌਧਰੀ ਗਰੁੱਪ ਆਸਟ੍ਰੇਲੀਆ ਦਾ ਸੀ ਧੰਨਵਾਦ। ਨਾ ਸਾਡੇ ਇੰਗਲੈਂਡ ਤੋਂ ਸਾਡੇ ਗੇਲਾ ਲੰਬੜ ਭਾਜੀ ਨੇ ਇੰਗਲੈਂਡ ਤੋਂ ਖਾਨੋਵਾਲ ਪਿੰਡ ਕਬੱਡੀ ਖਿਡਾਰੀ ਰਹੇ ਨੇ ਆਪਣੇ ਸਮੇਂ ਜੋ ਕਬੱਡੀ ਨਾਲ ਪ੍ਰੇਮ ਆ ਉਹਨਾਂ ਦਾ ਵੀ ਬਹੁਤ ਜ਼ਿਆਦਾ, ਉਹ ਵੀ ਇਸੇ ਕਰਕੇ ਇਹਨਾਂ ਨੇ ਹੈਲਪ ਭੇਜੀ ਆ ਪ੍ਰਦੀਪ ਦੇ ਲਈ 41,000 ਰੁਪਈਆ, ਅਤੇ ਨਾਲ ਉਹਨਾਂ ਨੇ ਸਾਡਾ ਵੀ ਜੱਗੀ ਸਤਿ ਸ਼੍ਰੀ ਅਕਾਲ ਦੋਸਤੋ, ਸਾਰਿਆਂ ਨੂੰ ਪਤਾ ਹੀ ਆ ਕਿ ਆਪਣਾ ਕਬੱਡੀ ਦਾ ਜਿਹੜਾ ਪ੍ਰਦੀਪ ਤੂਫਾਨ ਆ ਭਿਆਨਕ ਐਕਸੀਡੈਂਟ ਦੇ ਦੌਰਾਨ ਐਡਮਿਟ ਆ ਜਲੰਧਰ ਦੇ ਗਾਰਡੀਅਨ ਹੋਸਪਿਟਲ ਦੇ ਵਿੱਚ। ਲਗਾਤਾਰ ਸਾਰੇ NRI ਵੀਰਾਂ ਵੱਲੋਂ ਉਹਦੀ ਬਹੁਤ ਜ਼ਿਆਦਾ ਹੈਲਪ ਹੋ ਰਹੀ ਆ, ਉਹਨੂੰ ਡੋਲਣ ਨਹੀਂ ਦੇ ਰਹੇ ਸਾਰੇ ਆਪਣੇ ਭਰਾ, ਅਸੀਂ ਸਾਰੇ NRI ਵੀਰਾਂ ਦਾ ਧੰਨਵਾਦ ਕਰਦੇ ਹਾਂ। ਆ 50,000 ਰੁਪਏ ਜਿਹੜੀ ਹੈਲਪ ਆਈ ਆ ਇਹ ਚੌਧਰੀ ਗਰੁੱਪ ਆਸਟ੍ਰੇਲੀਆ ਦੇ ਸਾਡੇ ਭਰਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੇਠੀ ਰੱਤੇਵਾਲ, ਅਜੇ ਕਟਵਾਰਾ, ਬਿੰਦੂ ਕਟਵਾਰਾ ਆਸਟ੍ਰੇਲੀਆ, ਅਤੇ ਉਹਨਾਂ ਦਾ ਸ਼ੇਖਰ ਅਤੇ ਪਿੰਕ ਆਸਟ੍ਰੇਲੀਆ ਸਾਡੇ ਜੀ ਚੌਧਰੀ ਗਰੁੱਪ ਆਸਟ੍ਰੇਲੀਆ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰਦੀਪ ਦੀ ਸਹਾਇਤਾ ਦੇ ਲਈ ਇਹ 50,000 ਰੁਪਇਆ ਨਗਦ ਭੇਜਿਆ, ਉਹਨਾਂ ਭਰਾਵਾਂ ਦਾ ਧੰਨਵਾਦ। ਉਸੇ ਤਰ੍ਹਾਂ ਨਾ ਸਾਡੇ ਇੰਗਲੈਂਡ ਤੋਂ ਸਾਡੇ ਗੇਲਾ ਲੰਬੜ ਭਾਜੀ ਨੇ ਇੰਗਲੈਂਡ ਤੋਂ ਖਾਨੋਵਾਲ ਪਿੰਡ ਕਬੱਡੀ ਖਿਡਾਰੀ ਰਹੇ ਨੇ ਆਪਣੇ ਸਮੇਂ ਜੋ ਕਬੱਡੀ ਨਾਲ ਪ੍ਰੇਮ ਆ ਉਹਨਾਂ ਦਾ ਵੀ ਬਹੁਤ ਜ਼ਿਆਦਾ, ਉਹ ਵੀ ਇਸੇ ਕਰਕੇ ਇਹਨਾਂ ਨੇ ਹੈਲਪ ਭੇਜੀ ਆ ਪ੍ਰਦੀਪ ਦੇ ਲਈ 41,000 ਰੁਪਈਆ, ਅਤੇ ਨਾਲ ਉਹਨਾਂ ਨੇ ਸਾਡਾ ਵੀ ਜੱਗੀ ਮੌਲੀ ਵਾਲਾ UK ਤੋਂ ਅਤੇ ਸਾਡੇ ਗੇਲਾ ਲੰਬੜ ਜੀ UK ਵਾਲੇ ਉਹਨਾਂ ਵੱਲੋਂ ਵੀ ਇੰਗਲੈਂਡ ਤੋਂ 41,000 ਰੁਪਏ ਜਿਹੜਾ ਪ੍ਰਦੀਪ ਦੇ ਲਈ ਆਇਆ। ਅਸੀਂ ਸੰਧੂ ਭਰਾ ਬਾਈ ਪ੍ਰਦੀਪ ਨੂੰ ਸੌਂਪ ਰਿਹਾ, ਬਾਈ ਲੱਖਾ ਜੀ ਅਤੇ ਬੱਬੂ ਸਾਰੇ ਬੋਲੇ ਵੀ ਸਾਰੇ ਨਾਲ ਨੇ, ਅਤੇ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਅੱਜ ਪ੍ਰਦੀਪ ਨੂੰ ਆਪਣੀ ਸਾਰਿਆਂ ਦੀ ਜ਼ਰੂਰਤ ਆ, ਹੈ ਨਾ। ਹਰ ਇੱਕ ਬੰਦੇ ਨੂੰ ਇਹੀ ਬੇਨਤੀ ਆ ਕਿ ਆਪਾਂ ਦਿਲੋਂ ਦੁਆਵਾਂ ਕਰੀਏ ਪਰਮਾਤਮਾ ਦੇ ਚਰਨਾਂ ਦੇ ਵਿੱਚ। ਕੱਲ੍ਹ ਆਪਰੇਸ਼ਨ ਹੋਇਆ, ਭੱਟਾਂ ਦਾ ਆਪਰੇਸ਼ਨ ਸਫਲ ਹੋਇਆ ਅਤੇ ਗਿੱਟੇ ਦਾ ਆਪਰੇਸ਼ਨ ਹੋਣਾ ਹੈ। ਬਾਬਾ ਨਾਨਕ ਪ੍ਰਦੀਪ ਨੂੰ ਸਾਡੇ ਤੂਫਾਨ ਨੂੰ ਉਸੇ ਤਰ੍ਹਾਂ ਗਰਾਊਂਡਾਂ ਦੇ ਵਿੱਚ ਲੈ ਕੇ ਆਉਣ, ਅਸੀਂ ਉਸੇ ਤਰ੍ਹਾਂ ਇਹਨੂੰ ਖੇਡਦਾ ਦੇਖਣਾ ਚਾਹੁੰਦੇ ਹਾਂ, ਇਹ ਪਰਮਾਤਮਾ ਦੇ ਕਿਰਦਾਰ ਹੈ। ਉਮੀਦ ਆ ਵੀ ਪਹਿਲਾ ਵਾਂਗ ਸਾਡਾ ਪ੍ਰਦੀਪ ਆ ਜਿਹੜਾ ਤੁਹਾਡੀਆਂ ਸਾਰੇ ਭਰਾਵਾਂ ਦੀਆਂ ਦੁਆਵਾਂ ਦੇ ਨਾਲ, ਇਹ ਤੁਹਾਡਾ ਪੈਸਾ ਨਹੀਂ, ਤੁਹਾਡੇ ਆਸ਼ੀਰਵਾਦ ਨੇ, ਤੁਹਾਡੀਆਂ ਦੁਆਵਾਂ ਨੇ, ਉਹਨਾਂ ਨੇ ਸਦਕਾ ਫਿਰ ਗਰਾਊਂਡਾਂ 'ਚ ਉਸ ਤਰ੍ਹਾਂ ਕਬੱਡੀਆਂ ਪਾਓ, ਇਹੀ ਸਾਡੀ ਦੁਆ ਹੈ। ਅਤੇ ਸਾਰੇ ਸਾਡੇ NRI ਵੀਰਾਂ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਹੈਲਪ ਭੇਜੀ ਆ। ਹੋਰ ਵੀ ਭਰਾ ਜਿੰਨੇ ਵੀ ਦੇਖਦੇ ਆ ਜ਼ਰੂਰ ਜਿੰਨੀ ਹੋ ਸਕਦੀ ਆ ਇਹਦੀ ਹੈਲਪ ਕਰਿਓ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।